ਸਤਾਇਆ ਨਾ ਕਰਵੇ। ਕੋਈ ਸਮਾਂ ਸੀ ਜਦ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਜ਼ਿਆਦਾ ਸਾਧਨ ਨਹੀਂ ਸੀ। ਉਹਨਾਂ ਸਮਿਆਂ ਦੇ ਵਿੱਚ ਛੋਟੇ ਛੋਟੇ ਕਸਬਿਆਂ ਅਤੇ ਬਸਤੀਆਂ ਦਾ ਹੁਨਰ ਦੱਬ ਕੇ ਰਹਿ ਜਾਂਦਾ ਸੀ। ਸੋਸ਼ਲ ਮੀਡੀਆ ਦੇ ਜ਼ਮਾਨੇ ਨੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਕਈ ਤਰੀਕੇ ਦਿੱਤੇ ਨੇ, ਪਰ ਹਜੇ ਵੀ ਬਸਤੀਆਂ ਦਾ ਕੁਝ ਹੁਨਰ ਗਰੀਬੀ ਹੇਠ ਦੱਬਿਆ ਪਿਆ। ਅਜਿਹੀ ਇੱਕ ਗਰੀਬੀ ਕਾਰਨ ਬਾਜ਼ਾਰਾਂ ਦੇ ਵਿੱਚ ਸਮਾਨ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੀ ਇਰਾਨੀ ਨਾਮ ਦੀ ਲੜਕੀ ਵੀ ਹੈ। ਬਟਾਲਾ ਦੀ ਬੀਕੋ ਬਸਤੀ ਵਿੱਚ ਰਹਿਣ ਵਾਲੀ ਰਾਣੀ ਦੀ ਆਵਾਜ਼ ਇੰਨੀ ਮਿੱਠੀ ਹੈ ਕਿ ਜਿੱਥੇ ਵੀ ਉਹ ਬਾਜ਼ਾਰ ਦੇ ਵਿੱਚ ਜਾਂ ਕਿਤੇ ਹੋਰ ਕੁਝ ਗਾਉਣ ਬੈਠ ਜਾਂਦੀ ਹੈ ਤਾਂ ਉੱਥੇ ਹੀ ਆਸ ਪਾਸ ਦੇ ਲੋਕ ਰੁਕ ਕੇ ਇਸ ਦੇ ਗੀਤ ਨੂੰ ਸੁਣਨ ਦੇ ਲਈ ਮਜਬੂਰ ਹੋ ਜਾਂਦੇ ਨੇ। ਪਰ ਰਾਣੀ ਦਾ ਇਹ ਹੁਨਰ ਕੁਦਰਤੀ ਹੈ। ਇਸ ਨੂੰ ਨਾ ਤਾਂ ਨਿਖਾਰਨ ਲਈ ਕੋਈ ਗੁਰੂ ਮਿਲਿਆ ਅਤੇ ਨਾ ਹੀ ਇਸਨੇ ਖੁਦ ਕੋਈ ਰਿਹਰਸਲ ਕੀਤੀ। ਫਿਰ ਵੀ ਇਸ ਦੀ ਆਵਾਜ਼ ਇੰਨੀ ਪਿਆਰੀ ਹੈ ਕਿ ਬਿਨਾਂ ਤਾਲ ਅਤੇ ਸਾਜ਼ ਸੰਗੀਤ ਦੇ ਵੀ ਸੁਣਨ ਵਾਲੇ ਦੀ ਰੂਹ ਖੁਸ਼ ਕਰ ਦਿੰਦੀ ਹੈ। ਜੇਕਰ ਬਸਤੀਆਂ ਵਿੱਚ ਛੁਪੇ ਅਜਿਹੇ ਹੁਨਰ ਨੂੰ ਕੋਈ ਚੰਗਾ ਮਾਰਗ ਦਰਸ਼ਕ ਜਾਂ ਫਿਰ ਪਲੇਟਫਾਰਮ ਮਿਲ ਜਾਵੇ ਤਾਂ ਬਸਤੀਆਂ ਦੇ ਇਕੋਲੇ ਹੀਰੇ ਸਾਬਤ ਹੋ ਸਕਦੇ ਨੇ। ਰਾਣੀ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਲਗਭਗ ਸਾਰੇ ਹੀ ਗਾਉਂਦੇ ਨੇ। ਉਸਨੇ ਵੀ ਆਪਣੇ ਭੈਣ ਭਰਾਵਾਂ ਵੱਲ ਵੇਖ ਕੇ ਗਾਉਣਾ ਸ਼ੁਰੂ ਕੀਤਾ। ਉਹ ਬਾਜ਼ਾਰਾਂ ਦੇ ਵਿੱਚ ਛੋਟਾ ਮੋਟਾ ਸਮਾਨ ਵੇਚਦੇ ਨੇ ਤਾਂ ਸਮਾਨ ਵੇਚਣ ਲਈ ਕਦੇ ਕਦੇ ਬਾਜ਼ਾਰਾਂ ਦੇ ਵਿੱਚ ਗਾਉਂਦੇ ਵੀ ਨੇ ਜਾਂ ਫਿਰ ਵਿਆਹ ਸ਼ਾਦੀਆਂ ਦੇ ਵਿੱਚ ਇਕੱਠਾ ਹੋ ਕੇ ਸਾਰਾ ਪਰਿਵਾਰ ਗਾਉਂਦਾ। ਉਸਨੇ ਕਿਹਾ ਕਿ ਲੋਕ ਉਸਦੀ ਆਵਾਜ਼ ਪਸੰਦ ਕਰਦੇ ਨੇ ਪਰ ਉਸਨੂੰ ਕਦੇ ਕਿਤੇ ਹੋਰ ਗਾਉਣ ਦਾ ਮੌਕਾ ਨਹੀਂ ਮਿਲਿਆ। ਉੱਥੇ ਹੀ ਰਾਣੀ ਦੇ ਪਤੀ ਨੇ ਕਿਹਾ ਕਿ ਰਾਣੀ ਦੀ ਆਵਾਜ਼ ਬਹੁਤ ਮਿੱਠੀ ਹੈ ਅਤੇ ਹਮੇਸ਼ਾ ਹੀ ਉਸਦਾ ਪਰਿਵਾਰ ਉਸਨੂੰ ਸਪੋਰਟ ਕਰਦਾ। ਬਾਜ਼ਾਰ ਦੇ ਵਿੱਚ ਗਾਉਣ ਨੂੰ ਬੁਰਾ ਨਹੀਂ ਸਮਝਦੇ ਅਤੇ ਜੇਕਰ ਉਸਦੀ ਆਵਾਜ਼ ਲੋਕਾਂ ਨੂੰ ਚੰਗੀ ਵੀ ਲੱਗਦੀ ਹੈ ਤਾਂ ਉਸਨੂੰ ਸਾਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਗਾਉਣ ਦਾ ਸ਼ੌਂਕ ਤਾਂ ਦਰਅਸਲ ਛੋਟੇ ਹੁੰਦੇ ਸੀਗਾ। ਛੋਟੇ ਹੁੰਦੇ ਟੀ ਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ ਹੌਲੀ ਇੱਦਾਂ ਹੀ ਗਾਉਂਦੇ ਸੀਗੇ। ਥੋੜ੍ਹਾ ਥੋੜ੍ਹਾ ਕਰਕੇ ਇੱਦਾਂ ਹੀ ਟਾਈਮ ਪਾਸ ਕਰਦੇ, ਮਤਲਬ ਗਾ ਗੂ ਕੇ ਘਰ ਦਾ ਕੰਮ ਕਰਦੇ ਹਾਂ ਅਤੇ ਫਿਰ ਗਾਉਂਦੇ ਰਹੀਦੇ। ਹਾਂਜੀ, ਫੈਮਿਲੀ 'ਚ ਮੇਰਾ ਬ੍ਰਦਰ ਗਾਉਂਦਾ ਆ, ਇੱਕ ਮੇਰਾ ਦਿਓਰ ਗਾਉਂਦਾ ਆ, ਦੋ ਮੇਰੇ ਨਨਾਂ ਦਾ, ਰਲ ਕੇ ਗਾਉਂਦੇ ਅਸੀਂ। ਕੋਈ ਵਿਆਹ ਸ਼ਾਦੀ ਹੁੰਦੀ, ਕੋਈ ਫੰਕਸ਼ਨ ਹੁੰਦਾ, ਕਿਸੇ ਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਉਂਦੇ ਹਾਂ। ਕਰੀਦਾ ਆ ਪਰ ਕੁਛ ਕਹਿੰਦੇ ਨਹੀਂ ਆ, ਕਹਿੰਦੇ ਠੀਕ ਆ ਆਪਣਾ ਹੁਨਰ, ਕੁਛ ਨਹੀਂ ਹੁੰਦਾ, ਗਾਓ। ਜਦੋਂ ਵਿਹਲੇ ਰਹੀ ਤਾਂ ਥੋੜ੍ਹਾ ਬਹੁਤਾ ਤਾਂ ਗਾ ਹੀ ਲਈਦਾ। ਮਨਿਆਰੀ ਦਾ ਸਮਾਨ ਵੇਚਦੇ, ਮੇਕਅਪ ਦਾ, ਜਦੋਂ ਵਿਹਲੇ ਹੋ ਜਾਂਦੇ ਫਿਰ ਥੋੜ੍ਹਾ ਬਹੁਤਾ ਗਾ ਲਈਦਾ। ਛੱਲੇ ਛੁੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆ ਨਾ, ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਰਲ ਕੇ ਫਿਰ ਛੱਲੇ ਛੁੱਲੇ ਗਾਉਂਦੇ ਆ। ਪਹਿਲੀ ਹੋਟਲ ਤੋਂ ਚਾਹ ਪੀਤੀ, ਪਹਿਲੀ ਹੋਟਲ ਤੋਂ ਚਾਹ ਪੀਤੀ, ਹੋ ਪਹਿਲੀ ਹੋਟਲ ਤੋਂ ਚਾਹ ਪੀਤੀ, ਕਬਰ ਤੇ ਲਿਖ ਮਰਸਾਂ, ਨਹੀਂ ਢੋਲ ਵਫਾ ਕੀਤੀ, ਹੋ ਨਹੀਂ ਢੋਲ ਵਫਾ ਕੀਤੀ। ਤੇ ਵੀ ਲਾਗੇ ਖਲੋਂਦੇ, ਕਹਿੰਦੇ ਚੰਗਾ ਹੀ ਹੈ, ਚਲੋ ਕੁਛ ਆਉਂਦਾ ਆ, ਹੁਨਰ ਹੈ ਤੇ ਅੱਗੇ ਵਿਖਾਓ ਹੁਨਰ, ਠੀਕ ਹੈ। ਸਪੋਰਟ ਠੀਕ ਦਿੰਦੀ, ਸਪੋਰਟ ਸਪੋਰਟ ਸਰ ਆਪਣਾ ਹੁਨਰ ਹੈ, ਦਿਖਾਓ, ਕੋਈ ਬਚਪਨ ਤੋਂ ਹੀ ਹੈ ਸਰ। ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ, ਵਿਆਹ ਸ਼ਾਦੀਆਂ ਦਾ ਕੋਈ ਘਰ ਦਾ ਪ੍ਰੋਗਰਾਮ ਮੈਟਰ ਹੋਵੇ, ਉਹ ਫਿਰ ਤੁਹਾਨੂੰ ਪਤਾ ਹੀ ਹੈ ਚੱਲਦਾ ਹੀ, ਅਸੀਂ ਆਪਣੀ ਲਹਿਰ 'ਚ ਲੱਗੇ ਰਹਿੰਦੇ। ਜਦੋਂ ਗਾਏ ਜਾਂਦੇ, ਕਦੇ ਰੋਟੀ ਬਣਾਉਣ ਲੱਗਿਆ, ਕਦੇ ਜਾਣ ਲੱਗਿਆ, ਕੋਈ ਗੱਲ ਨਹੀਂ ਸਰ। ਅਸੀਂ ਤਾਂ ਚਾਹੁੰਦੇ ਹਾਂ ਆਪਣਾ ਹੁਨਰ ਹੈ ਉਹ ਦਿਖਾਵੇ, ਪੂਰੀ ਦੁਨੀਆ ਤੱਕ ਪਹੁੰਚੇ, ਅਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ, ਸਪੋਰਟ ਕਰੇਗਾ, ਫਿਰ ਹੀ ਗਾਂ ਵਧਣਗੇ। ਮਤਲਬ ਹੁਣ ਤੁਸੀਂ ਆਏ ਹੋ ਸਰ, ਹੁਣ ਅੱਗੇ ਹੋਰ ਵੀ ਆਉਣ ਇਹਨਾਂ ਨੂੰ ਸਪੋਰਟ ਕਰਨ ਚੱਕਣ 'ਤੇ, ਬਹੁਤ ਵਧੀਆ ਗੱਲ ਹੈ।